ਸੋ ਆਸਟ੍ਰੇਲੀਆ ਸੋ ਆਸਟ੍ਰੇਲੀਆ ਦੀ ਜਦ ਵੀ ਆਪਾਂ ਗੱਲ ਕਰਦੇ ਹਾਂ ਸਵਾਲ ਤਾਂ ਸਾਡੇ ਕੋਲ ਢੇ ਸਾਰੇ ਪਰ ਸਵਾਲ ਕਾਮਨਲੀ ਇਹੀ ਹੁੰਦਾ ਹੈ ਜੀਟੀ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਕੇ ਕਲੀਅਰ ਕਿਉਂ ਨਹੀਂ ਹੋ ਰਹੀ ਹੈ ਹਰ ਵਾਰ ਹੀ ਅਸੀਂ ਵੀਡੀਓਜ਼ ਵਿੱਚ ਤੁਹਾਨੂੰ ਅਵੇਅਰ ਕਰਦੇ ਹਾਂ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਕਿੱਥੇ ਕੀ ਗਲਤੀਆਂ ਆਇਆ ਕੀ ਕਰਨਾ ਚਾਹੀਦਾ ਹੈ ਸਟੂਡੈਂਟਸ ਨੂੰ ਕਿਹੜੇ ਸਹੀ ਪ੍ਰੋਸੈਸ ਨਾਲ ਲੱਗੇ ਵਧਣਾ ਚਾਹੀਦਾ ਤਾਂ ਕਿ ਟਾਈਮਲੀ ਤੁਹਾਡਾ ਜੋ ਹੈ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੱਗ ਸਕੇ ਸੋ ਇਹ ਤਾਂ ਅਸੀਂ ਓਵਰਆਲ ਸਭ ਜਾਣ ਚੁੱਕੇ ਹਾਂ ਕਿ ਆਸਟ੍ਰੇਲੀਆ ਜੈਨੂ ਦਾ ਆਪਣੀ ਕੰਟਰੀ ਵਿੱਚ ਬੁਲਾਉਂਦਾ ਹੈ ਉਹਨੂੰ ਮੌਕੇ ਦਿੰਦਾ ਹੈ ਆਪਣੀ ਫਿਊਚਰ ਦੇ ਸੈਟਲਮੈਂਟ ਦੇ ਲਈ ਸੋ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਤੁਹਾਨੂੰ ਨਾਲ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਹੋ ਨਵੰਬਰ ਇਨਟੇਕ ਨੂੰ ਲੈ ਕੇ ਵੀ ਤੁਹਾਡੇ ਨਾਲ ਗੱਲ ਜ਼ਰੂਰ ਕਰਾਂਗੇ ਤੇ ਕਿੰਨਾ ਕੁ ਸਮਾਂ ਬਚਿਆ ਹੈ ਜਾਂ ਨਹੀਂ ਬਚਿਆ ਹੈ ਜਾਂ ਅਗਲੇ ਇਨਟੇਕ ਬਾਰੇ ਤੁਸੀਂ ਸੋਚਣਾ ਹੈ ਇੱਕ ਇੱਕ ਪੁਆਇੰਟ ਦੀ ਕਲੈਰਿਟੀ ਤੁਹਾਨੂੰ ਮਿਲਣ ਜਾ ਰਹੀ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਆਸਟ੍ਰੇਲੀਆ ਨੂੰ ਲੈ ਕੇ ਕਈ ਖਾਸ ਪੁਆਇੰਂਟਸ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਨੇ ਨੈਵੀਗੇ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੋ ਮੈਮ ਤੁਹਾਡੇ 26-27 ਸਾਲਾਂ ਦੇ ਐਕਸਪੀਰੀਅੰਸ ਦੇ ਨਾਲ ਅਗਰ ਆਪ ऑस्ट्रेलिया ਦੀ ਤਸਵੀਰ ਦੇਖੀਏ ਚਲੋ ਟਾਈਮਲੀ ਸਟ੍ਰਿਕਟ ਦਾ ਹੋ ਗਿਆ ਪਰ ਇੱਕ ਪੋਜ਼ਿਟਿਵ ਸਾਈਡ ਇਹ ਹੈ ਕਿ ਉਹ ਜੈਨੂਇਨ ਸਟੂਡੈਂਟ ਨੂੰ ਕਈ ਸਾਰੇ ਮੌਕੇ ਦਿੰਦਾ ਹੈ ਸਟੱਡੀ ਕਰਨ ਦੇ ਕੰਮ ਕਰਨ ਦੇ ਸੈਟਲਮੈਂਟ ਦੇ ਤਾਂ ਓਵਰਆਲ ਪਿਕਚਰ ਅਗਰ ਆਪ ਸਮਝੀਏ ਤਾਂ ਆਸਟ੍ਰੇਲੀਆ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਲਈ ਕਿਸ ਤਰ੍ਹਾਂ ਦੇ ਸਟੂਡੈਂਟਸ ਲਈ ਬਹੁਤ ਚੰਗੀ ਆਪਸ਼ਨ ਅੱਜ ਵੀ ਹੈ ਦੇਖੋ ਹਰ ਜੋਤ ਜਿਹੜਾ ਸਟੂਡੈਂਟ ਉੱਥੇ ਪੜਨ ਵਾਸਤੇ ਜਾ ਰਿਹਾ ਹੈ ਯੂਨੀਵਰਸਿਟੀ ਲੈਵਲ 'ਤੇ ਜਾ ਰਿਹਾ ਹੈ ਈਵਨ ਕਾਲਜ ਲੈਵਲ ਦੇ ਵੀਜ਼ੇ ਵੀ ਆ ਰਹੇ ਆ ਕੱਲ ਵੀ ਸਾਡੇ ਵੀਜ਼ੇ ਆਏ ਆ ਕਾਲਜ ਦੇ ਕਾਫੀ ਸਾਰੇ ਰਾਈਟ ਜਿਹੜਾ ਬੱਚਾ ਯੂਨੀਵਰਸਿਟੀ ਵਾਸਤੇ ਕੁਆਲੀਫਾਈ ਨਹੀਂ ਕਰਦਾ 22 ਪਾਸ ਆਊਟ ਬੱਚਾ ਪਰਿਆ ਪਿਆ ਪ੍ਰੋਬਲਮ ਕੀ ਆਉਂਦੀ ਹੈ 22 ਪਾਸ ਆਊਟ ਨੂੰ ਹੁਣ ਕੋਈ ਯੂਨੀਵਰਸਿਟੀ ਨਹੀਂ ਲੈ ਰਹੀ ਹੈ ਕਿਉਂਕਿ ਯੂਨੀਵਰਸਿਟੀ ਐਡਮਿਸ਼ਨ ਮੈਕਸਿਮਮ ਜਨ ਫੈਬ ਦੀ ਹੈ ਜਨ ਫੈਬ 'ਚ ਉਹਨਾਂ ਦਾ ਜਿਹੜਾ ਗੈਪ 2 ਸਾਲ ਦਾ ਉਹ ਕਾਊਂਟ ਕਰ ਰਹੇ ਆ 2 ਇਅਰ ਗੈਪ ਚ ਜਰ ਸਟੂਡੈਂਟ ਨੇ ਕਾਲਜ ਐਡਮਿਸ਼ਨ ਲਈ ਹੋਈ ਹੈ ਫਿਰ ਉਹ ਐਕਸੈਪਟ ਕਰ ਲੈਣਗੇ ਜੇ ਉਹਨਾਂ ਨੇ ਕੋਈ ਐਡਮਿਸ਼ਨ ਨਹੀਂ ਲਈ ਫਿਰ ਯੂਨੀਵਰਸਿਟੀ ਨਹੀਂ ਲਈ ਫਿਰ ਉਹਨਾਂ ਦਾ ਕਾਲਜ অপਸ਼ਨ ਹੈ ਔਰ ਕਾਲਜ ਤੁਸੀਂ ਅੱਛੇ ਕਾਲਜ ਲੋ ਵੀਜ਼ਾ ਆਣ ਦੇ ਬਹੁਤ ਜ਼ਿਆਦਾ ਸੰਭਾਵਨਾ ਹੈ ਕਈ ਵਾਰੀ ਅਸੀਂ ਦੇਖਿਆ ਹੈ ਯੂਨੀਵਰਸਿਟੀ ਦਾ ਵੀਜ਼ਾ ਰਿਜੈਕਟ ਹੋ ਜਾਂਦਾ ਕਾਲਜ ਦਾ ਵੀਜ਼ਾ ਰਿਜੈਕਟ ਨਹੀਂ ਹੁੰਦਾ ਰੀਜ਼ਨ ਬੀਇੰਗ ਕਿ ਜਬ ਪ੍ਰੋਫਾਈਲ ਯੂਨੀਵਰਸਿਟੀ ਵਾਲਾ ਨਹੀਂ ਔਰ ਥੱਕਾ ਮਾਰ ਕੇ ਯੂਨੀਵਰਸਿਟੀ ਜ ਕਰਾਇਆ ਗਿਆ ਮਨ ਲਓ ਫਾਰ ਐਗਜ਼ਾਮਪਲ 8 ਦਾ ਬੱਚਾ ਹੈ ਉਹਦੇ ਕੋਲ ਜਿਹੜੇ ਮੇਨ ਸਬਜੈਕਟ ਮੈਕਸਿਮਮ ਸਾਡੇ ਕੋਲ ਆਉਂਦੇ ਆ ਉਹ ਤਿੰਨ ਹੁੰਦੇ ਆ ਕਿਉਂਕਿ ਪੰਜਾਬੀ ਹਿੰਦੀ ਡਰਾਇੰਗ ਇਹ ਚੀਜ਼ਾਂ ਕਾਊਂਟ ਨਹੀਂ ਕਰਦੇ ਜਿਹੜੇ ਮੇਨ ਹੈ ਸਮਝੋ ਹਿਸਟਰੀ ਹੈ ਪੋਲੀਟੀਕਲ ਸਾਇੰਸ ਹੈ ਹੈਨਾ ਇੰਗਲਿਸ਼ ਹੈ ਇਦਾਂ ਦਾ ਕਿਸੇ ਨੇ ਕੰਪਿਊਟਰ ਰੱਖਿਆ ਹੋਇਆ ਜੇ ਮੇਨ ਸਬਜੈਕਟ ਫਿਰ ਕਾਊਂਟ ਹੁੰਦਾ ਹੈ ਤੇ ਬਾਕੀ ਕੋਈ ਲੈਂਗੁਏਜ ਨਹੀਂ ਹੁੰਦੀ ਕੋਈ ਫਿਜ਼ੀਕਲ ਨਹੀਂ ਹੁੰਦਾ ਕੋਈ ਡਰਾਇੰਗ ਨਹੀਂ ਹੁੰਦੇ ਕਾਊਂਟ ਇਹੋ ਜਿਹੜੇ ਪ੍ਰੋਫਾਈਲ ਉਹ ਯੂਨੀਵਰਸਿਟੀ ਜ ਬਹੁਤ ਮੁਸ਼ਕਲ ਨਾਲ ਸੈLECTION ਹੁੰਦੀ ਹੈ ਕਿ ਜੇ ਕੋਈ ਕੱਦੀ ਯੂਨੀਵਰਸਿਟੀ ਲੈ ਵੀ ਲੇ ਤਾਂ ਰਿਸਕ ਹੀ ਰਹਿੰਦਾ ਪਰ ਅਸੀਂ ਇਹ ਦੇਖਿਆ ਉਹ ਪ੍ਰੋਫਾਈਲ ਅਸੀਂ ਕਾਲਜ ਚ ਪਾਨੇ ਆ ਤੇ ਸਾਨੂੰ ਵੀਜ਼ਾ ਸਕਸੈਸ ਰੇਟ ਜ਼ਿਆਦਾ ਮਿਲਦਾ ਕਿਉਂਕਿ ਵੀਜ਼ਾ ਅਫੀਸਰ ਨੂੰ ਵੀ ਪਤਾ ਹੈ ਕਿ ਇਹ ਬੱਚਾ ਯੂਨੀਵਰਸਿਟੀ ਲੈਵਲ ਦਾ ਨਹੀਂ ਹੈ ਇੱਥੇ ਵੀ ਇੰਨੇ ਕੋਈ ਵੱਡੇ ਤੀਰ ਨਹੀਂ ਮਾਰੇ ਪੜ ਕੇ ਬਿਲਕੁਲ ਜੇ ਇੱਥੇ ਪੜਨ ਵਾਲਾ ਹੁੰਦਾ ਤਾਂ ਇੰਨੀ ਵੱਡੀ ਯੂਨੀਵਰਸਿਟੀ ਚ ਜਾ ਕੇ ਇੱਥੇ ਵੀ ਪੜ ਲੈਣਾ ਸੀ ਫਿਰ CBSE ਚ ਪੜਦਾ ਸਬਜੈਕਟਸ अच्छे ਹੋਨੇ ਸੀਗੇ ਤੇ ਕਾਲਜ ਲੈਵਲ ਤੇ ਉਹਨਾਂ ਦੇ ਵੀਜ਼ਾ ਸਕਸੈਸ ਰੇਟ ਬਹੁਤ ਅੱਛੀ ਰਹੀ ਹੈ ਉਹਦੇ ਵਿੱਚ ਸਟੂਡੈਂਟ ਨੂੰ ਘਬਰਾਣਾ ਨਹੀਂ ਚਾਹੀਦਾ ਖਾਲੀ ਇੱਕ ਮਿਥ ਹੈ ਕਿ ਮੈਨੇ ਯੂਨੀਵਰਸਿਟੀ ਚ ਹੀ ਜਾਣਾ ਇਹ ਅਸੀਂ ਰੋ ਸਟਰਗਲ ਕਰ ਰਹੇ ਹਾਂ ਸਟੂਡੈਂਟਸ ਨਾਲ ਉਹਨਾਂ ਨੂੰ ਜਸ ਸਮਝਾਈਦਾ ਸਮਝਾਣਾ ਵੀ ਸਾਨੂੰ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਹਾਫ ਕੁਕਡ ਜਿਹੜੀ ਇਨਫੋਰਮੇਸ਼ਨ ਇਧਰੋਂ ਉਧਰੋਂ ਇਕੱਠੀ ਕਰਦੇ ਆ ਨਾ ਉਸ ਕਿਉਂਕਿ ਹਰ ਹਾਲ ਹਰ ਜਣਾ ਤੇ ਏਜੰਟ ਬਣ ਗਿਆ ਮੇਰੇ ਖਿਆਲ ਇਹਨਾਂ ਦਾ ਆਪ ਦਾ ਬੱਚਾ ਜਿਹੜਾ ਜਾਂਦਾ ਪੜ੍ਹ ਕੇ ਅਸੀਂ ਭੇਜਦੇ ਉਹ ਵੀ ਏਜੰਟ ਬਣ ਚੁੱਕਿਆ ਹੁੰਦਾ ਜਿਹੜੀ ਅੱਧੀ ਇਨਫੋਰਮੇਸ਼ਨ ਉਧਰੋਂ ਲੈਂਦੇ ਆ ਅੱਧੀ ਆਲੇ ਦੁਆਲੇ ਕੋਈ ਪੜੋਸੀਆਂ ਤੋਂ ਲੈਂਦੇ ਆ ਉਹ ਇਨਫੋਰਮੇਸ਼ਨ ਇੰਨੀ ਕੁ ਬੇਕਾਰ ਹੋ ਜਾਂਦੀ ਹੈ ਕਰਦੇ ਕਰਦੇ ਕਿ ਇਹਨਾਂ ਨੂੰ ਸਮਝਾਉਣਾ ਬੜਾ ਮੁਸ਼ਕਲ ਹੁੰਦਾ ਹੈ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਸਾਨੂੰ ਸਮਝਾਉਣ ਚ ਤੇ ਇਹੋ ਜੀ ਤੁਸੀਂ ਕਿਉਂਕਿ ਅਸੀਂ ਕੰਸਲਟੈਂਟ ਆ ਸਾਨੂੰ ਪਤਾ ਹੈ ਕਿ ਬੱਚਾ ਕਿੱਥੇ ਜਾ ਸਕਦਾ ਹੈ ਵੀਜ਼ਾ ਆਣਾ ਨਹੀਂ ਆਣਾ ਦੇਖੋ ਗੋਡ ਯਾ ਫਰਾਡ ਗਾਰੰਟੀ ਉਹ ਰੱਬ ਦੇ ਸਕਦਾ ਯਾ ਫਰਾਡ ਦੇ ਸਕਦਾ ਮੈਂ ਜੇ ਤੁਹਾਨੂੰ ਕਹਿ ਦਾਂ ਕਿ ਹਾਂ ਨਾ ਜੀ 100% ਗਾਰੰਟੀਡ ਵੀਜ਼ਾ ਆਏਗਾ ਉਹ ਬਿਲਕੁਲ ਝੂਠ ਹੈ ਤੁਹਾਡਾ ਸੀ ਪ੍ਰੋਫਾਈਲ ਆਪਣੇ ਤਜਰਬੇ ਨਾਲ ਅੰਨਾ ਲੰਮਾ ਤਜਰਬਾ ਰਿਹਾ ਐ ਐਨੀ ਅੰਬੈਸੀਆਂ ਨਾਲ ਅਸੀਂ ਕੰਮ ਕੀਤਾ ਕਲੋਜ਼ਲੀ ਕੀਤਾ ਮੀਟਿੰਗਸ ਹੁੰਦੀਆਂ ਸਾਡੀ ਵੀਜ਼ਾ ਆਫੀਸਰਸ ਨਾਲ ਮਿਲਦੇ ਆ ਰਾਤ ਦਿਨ ਉਹਨਾਂ ਦੇ ਨਾਲ ਬੈਠਦੇ ਆ ਖਾਣਾ ਖਾਂਦੇ ਆ ਗੱਲ ਕਰਦੇ ਆ ਉਹਨਾਂ ਦੇ ਨਾਲ ਸਮਝਦੇ ਆ ਕਿ ਉਹਨਾਂ ਨੂੰ ਕਿਦਾਂ ਦਾ ਸਟੂਡੈਂਟ ਚਾਹੀਦਾ ਉਹੀ ਉਹ ਜਿੱਦਾਂ ਉਹ ਚਾਹੁੰਦੇ ਉਸ ਹਿਸਾਬ ਨਾਲ ਅਸੀਂ ਪ੍ਰੋਫਾਈਲ ਬਣਾਉਣਾ ਇਹ ਤਜਰਬਾ ਆ ਤੁਹਾਡਾ ਬਿਲਕੁਲ ਹੈ ਨਾ ਇਸ ਤਰਜ਼ੁਰਬੇ ਨਾਲ ਅਸੀਂ ਕੰਮ ਕਰਦੇ ਆ ਤੁਹਾਨੂੰ ਤੁਹਾਡੀ ਵੀਜ਼ਾ ਦਾ ਫਾਈਲ ਜਾਂ ਤੁਹਾਡਾ ਵੀਜ਼ਾ ਆਏਗਾ ਤਾਂ ਹੀ ਸਾਨੂੰ ਕੋਈ ਇੰਟਰਸਟ ਹੈ ਤੁਹਾਡਾ ਵੀਜ਼ਾ ਰਿਜੈਕਟ ਕਰਾਂ ਚ ਸਾਡਾ ਕੋਈ ਇੰਟਰਸਟ ਨਹੀਂ ਹੈ ਨਾ ਸਾਡੀ ਕੰਪਨੀ ਉਹ ਜੀ ਹੈ ਤੇ ਜਿਹੜਾ ਤੁਹਾਡੇ ਜਿase ਕੰਮ ਕਰਦੇ ਆ ਤੁਹਾਡੇ ਪ੍ਰੋਫਾਈਲ ਤੇ that means ਅਸੀਂ 90 95 99% ਤੱਕ ਅਸੀਂ ਤੁਹਾਡਾ ਪ੍ਰੋਫਾਈਲ ਲੈ ਕੇ ਜਾਂਦੇ ਆ 1% ਵੀਜ਼ਾ ਤੁਹਾਡਾ ਰਿਜੈਕਟ ਹੁੰਦਾ ਤੁਹਾਡੇ ਖਾਤੇ ਤੋਂ ਫੀਸ ਜਾਣੀ ਹੈ ਤੁਹਾਡੇ ਘਰ ਤੇ ਚ ਵਾਪਸ ਆ ਜਾਣੀ ਆ ਬਹੁਤ ਸਾਰੇ ਐਸੇ ਸਟੂਡੈਂਟ ਅਸੀਂ ਡੀਲ ਕਰਦੇ ਆ ਕਿ ਏਜੰਟ ਨੇ ਪੇਪਰ ਬਣਾਏ ਸੀਗੇ ਅਸੀਂ ਕੁਝ ਨਹੀਂ ਦਿੱਤਾ ਸੀਗਾ ਤੁਸੀਂ ਕੁਝ ਨਹੀਂ ਦਿੱਤਾ 노 ਡਾਊਟ ਤੁਹਾਡਾ ਅੰਬੈਸੀ ਫੀਸ ਦਾ ਲਾਸ ਹੋਇਆ ਹੈ ਤੁਹਾਡਾ ਕੋਈ ਲੰਬਾ ਚੋੜਾ ਲਾਸ ਪਰ ਤੁਹਾਡਾ ਬਹੁਤ بڑا ਲਾਸ ਹੋਇਆ ਉਹਨੇ ਪੇਪਰ ਕੀ ਲਾਇਆ ਤੁਹਾਨੂੰ ਇਹ ਹੀ ਨਹੀਂ ਪਤਾ ਕੱਲ ਵੀ ਮੈਂ ਇੱਕ ਇਨਕੁਆਰੀ ਹੈਂਡਲ ਕਰਕੇ ਦੇਖੀ ਹੈ ਤੇ ਬੱਚੇ ਨੂੰ ਇਹ ਹੀ ਨਹੀਂ ਪਤਾ ਉਹਨੇ ਐਕਸਪੀਰੀਅੰਸ ਕੀ ਬਣਾਤਾ ਉਹਨੇ ਕਿਹੜੇ ਅਕਾਊਂਟ 'ਚ ਸੈਲਰੀ ਸਭ ਕੁਝ ਫੇਕ ਤੇ ਤੁਹਾਨੂੰ ਇੰਨਾ ਵੱਡਾ ਨੁਕਸਾਨ ਹੋ ਜਾਂਦਾ ਜਿਹੜਾ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਦੁਬਾਰਾ ਅਪਲਾਈ ਕਰੋ ਤੇ ਦੁਬਾਰਾ ਅਪਲਾਈ ਕਰੋ ਕੋਈ ਐਮਬੈਸੀ ਤੁਹਾਨੂੰ ਮਨਾ ਨਹੀਂ ਕਰਦੀ ਆ ਬੜ ਤੁਹਾਡਾ ਪ੍ਰੋਫਾਈਲ ਠੀਕ ਹੋਏ ਜ ਜਿਹੜੇ ਕਾਗਜ਼ ਤੁਹਾਡੇ ਗਏ ਆ ਉਹੀ ਕਾਗਜ਼ ਦੁਬਾਰਾ ਜਾਣੇ ਆ ਏਜੰਟਾਂ ਦੇ ਜਿਹੜੇ ਬਣਾਏ ਕਾਗਜ਼ ਆ ਉਹ ਤੁਹਾਨੂੰ ਬਹੁਤ ਨੁਕਸਾਨ ਦਿੰਦੇ ਅੱਗੇ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਔਰ ਇੱਕ ਇੱਕ ਬਹੁਤ ਵੱਡਾ ਪੁਆਇੰਟ ਤੁਸੀਂ ਬਹੁਤ ਚੰਗੀ ਐਗਜ਼ਾਮਪਲ ਨਾਲ ਕਲੀਅਰ ਕੀਤਾ ਕਿ ਕਈ ਸਟੂਡੈਂਟ ਜਿਹੜੇ ਸੋਚਦੇ ਨੇ ਅਸੀਂ ਯੂਨੀਵਰਸਿਟੀ ਚ ਐਡਮਿਸ਼ਨ ਲਾਂਗੇ ਯੂਨੀਵਰਸਿਟੀ ਲਈ ਅਪਲਾਈ ਕਰਾਂਗੇ ਤਾਂ ਸਾਡਾ ਵੀਜ਼ਾ ਆਣਾ ਤੈ ਹੀ ਹੈ ਸੋ ਹਰ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਸਹੀ ਮੈਚ ਕਰਨਾ ਪੈਂਦਾ ਹੈ ਤੇ ਸਹੀ ਮੈਚ ਇੱਕ ਚੰਗਾ ਤਜਰਬੇਕਾਰ ਕੰਸਲਟੈਂਟ ਹੀ ਕਰ ਸਕਦਾ ਹੈ ਇਸੇ ਲਈ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਇਸ ਨੰਬਰ ਤੇ ਵੀ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਮੈਂ ਮੈਂ ਇੱਥੇ ਇਨਟੇਕ ਦੀ ਹੁਣ ਆਪਾਂ ਗੱਲ ਕਰ ਲਈਏ ਕਿਹੜੇ ਇਨਟੇਕ ਲਈ ਹੁਣ ਸਟ ਜੇ ਆਪਾਂ ਰਿਜ਼ਲਟਸ ਦੇ ਟ੍ਰੈਂਡ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕੀ ਕਹੋਗੇ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਾਂ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਆਸਟ੍ਰੇਲੀਆ ਦੇ ਵਿੱਚ ਕੀ ਆਉਂਦੀ ਜੀਟੀ ਜੀ ਬਿਲਕੁਲ ਜੀਟੀ ਕਲੀਅਰ ਕਰਨ ਵਾਸਤੇ ਉਹਨਾਂ ਦੇ ਕੋਲ ਫਾਈਨੈਂਸ਼ੀਅਲ ਡਾਕੂਮੈਂਟਸ ਹੋਣੇ ਚਾਹੀਦੇ ਇਨਕਮ ਟੈਕਸ ਰਿਟਰਨਾਂ ਹੋਣੇ ਚਾਹੀਦੀਆਂ ਠੀਕ ਹੈ ਇਹ ਦੋ ਚੀਜ਼ਾਂ ਬੱਚੇ ਦਾ ਇੰਟਰਵਿਊ ਆਏਗਾ ਬੱਚੇ ਨੂੰ ਦੇਖੋ ਪ੍ਰੋਬਲਮ ਕੀ ਇੱਕ ਬੱਚੇ ਦਾ ਮੈਂ ਜਦ ਕਾਉਂਸਲਿੰਗ ਕੀਤੀ ਤੇ ਉਹਨੂੰ ਯੂਨੀਵਰਸਿਟੀ ਤੋਂ ਕਾਲ ਆਈ ਉਨੂੰ ਇਹ ਹੀ ਨਹੀਂ ਪਤਾ ਗੈਪ ਚ ਬੱਚਾ ਕੀ ਕਰ ਰਿਆ ਸੀਗਾ ਫੇਕ ਪ੍ਰੋਡਿਊਸ ਕੀਤਾ ਸੀਗਾ ਔਰ ਬੱਚੇ ਨੂੰ ਕੋਈ ਪਤਾ ਨਹੀਂ। ਉਹਨੂੰ ਪੁੱਛਿਆ ਗਿਆ ਬੱਚੇ ਨੂੰ ਤਾਂ ਕਹਿੰਦਾ ਕਿ ਮੇਰੀ ਮੇਰਾ ਇਹ ਬੈਂਕ ਅਕਾਊਂਟ ਹੈ ਉਹ ਕਹਿੰਦੇ ਇਸ ਬੈਂਕ ਚੋਂ ਤੁਹਾਡੇ ਸੈਲਰੀ ਨਹੀਂ ਦਿਖਾਈ ਜੀਟੀ ਰਿਜੈਕਟ ਹੋ ਗਈ। ਇਹ ਫੇਕ ਪੇਪਰਾਂ ਨਾਲ ਤੁਹਾਡੇ ਨਾਲ ਹੁੰਦਾ ਹੈ। ਜੈਨੂਇਨ ਚੀਜ਼ ਹੋਏਗੀ ਤੇ ਤੁਹਾਡੇ ਨਾਲ ਕਦੀ ਇਹ ਪ੍ਰੋਬਲਮ ਨਹੀਂ ਹੋਏਗੀ। ਤੁਹਾਡੀ ਜੀਟੀ ਕਲੀਅਰ ਹੋਣੀ ਚਾਹੀਦੀ ਇਨਟੇਕ ਤੁਸੀਂ ਪੁੱਛਿਆ ਨਵੰਬਰ ਇਨਟੇਕ ਹੈ ਜਿਨ੍ਹਾਂ ਦੇ ਪੇਪਰ ਜੈ ਰੈਡੀ ਹੈ ਕਿਉਂਕਿ ਅਗਸਟ ਮਿਡ ਚ ਅਸੀਂ ਬੈਠੇ ਆਂ। ਬਿਲਕੁਲ ਅੱਜ ਜਿਹੜੀ 18 ਅਗਸਤ ਹੈ ਬਿਲਕੁਲ 10th ਹੋ ਗਈ ਜਾਂ ਜੋ ਵੀ ਹੈ ਆਪਣੀ ਜਿਹੜੀ ਹੈ ਡੇਟ ਬਹੁਤ ਹੁਣ ਘੱਟ ਰਹਿ ਗਈਆਂ 10 ਦਿਨ ਰਹਿ ਗਏ ਫਿਰ ਸਪਟੈਂਬਰ ਅਕਤੂਬਰ ਥੈਟ ਮੀਨਸ ਕਿ ਤੁਹਾਡੇ ਕੋਲ ਜੀਟੀ ਕਲੀਅਰ ਕਰਦੇ ਕਰਦੇ 1.5 ਮਹੀਨਾ ਲੱਗ ਜਾਂਦਾ ਹੈ ਆਫਰ ਲੈਟਰ ਆਣਾ ਇਹ ਸਾਰਾ ਕਰਨਾ ਫਿਰ ਵੀਜ਼ਾ ਫਾਈਲ ਜਾਂਦੀ ਹੈ ਤੇ ਮਾਸਟਰਸ ਦੇ ਵਾਸਤੇ ਤਾਂ ਬਹੁਤ ਸਾਰੀ ਆਪਸ਼ਨ ਹੈ ਅੰਡਰਗ੍ਰੈਡ ਵਾਸਤੇ ਵੀ ਸਾਡੇ ਕੋਲ ਆਪਸ਼ਨ ਹੈ ਲੇਕਿਨ ਟਾਈਮ ਬਹੁਤ ਘੱਟ ਹੈ ਨਵੰਬਰ ਵਾਸਤੇ ਜਨ ਫੈਬ ਦੇ ਵਾਸਤੇ ਅਜੇ ਬਥੇਰਾ ਟਾਈਮ ਹੈ ਜਿਨ੍ਹਾਂ ਦੇ ਫਾਈਨੈਂਸ਼ੀਅਲ ਰੈਡੀ ਨਹੀਂ ਹੈ ਜਿਨ੍ਹਾਂ ਦੇ ਜੀਟੀ ਦੇ ਪੇਪਰ ਨਹੀਂ ਰੈਡੀ ਹੈ ਲੇਕਿਨ ਪਲੱਸ 2 ਵਾਲੇ ਜਿਨ੍ਹਾਂ ਨੇ 2022 ਚ ਕੀਤੀ ਹੈ ਉਹ ਜਨ ਫੈਬ ਚ ਮੁਸ਼ਕਲ ਹੋਏਗਾ ਉਹ ਨਵੰਬਰ ਦਾ ਜਿਹੜਾ ਵੀ ਮਿਲਦਾ ਇਨਟੇਕ ਲੈ ਲੈਣ ਕਿਉਂਕਿ ਅੰਬੈਸੀ ਦੇ ਵਾਸਤੇ ਵੀ ਪ੍ਰੋਬਲਮ ਹੋ ਜਾਏਗਾ ਉਹ ਜਿਹੜਾ ਗੈਪ ਜਿਹੜਾ ਜਸਟੀਫਾਈ ਕਰਾਣ ਦਾ ਜਿਹੜੇ ਮਾਸਟਰਸ ਵਾਸਤੇ ਹੈ ਜੌਬ ਕਰ ਰਹੇ ਹੈ ਜੀਟੀ ਦੇ ਪੇਪਰ ਕਲੀਅਰ ਹੈ ਉਹ ਚਾਹੇ ਨਵੰਬਰ ਚ ਕਰ ਲੈ ਨਵੰਬਰ ਚ ਉਹਨਾਂ ਦੀ ਆਪਸ਼ਨ ਹੈ ਹੀ ਹੈ ਇਹ ਜਨ ਫੈਬ ਚ ਕਰ ਲੈਣ ਉਹਨਾਂ ਦੇ ਵਾਸਤੇ ਕੋਈ ਪ੍ਰੋਬਲਮ ਨਹੀਂ ਆ। ਆਸਟ੍ਰੇਲੀਆ ਜੇ ਕੀ ਮੰਗਦਾ ਤੁਹਾਡੇ ਤੋਂ ਤੁਹਾਡੀ ਆਇਲਸ ਅੱਛੀ ਹੋਵੇ, ਤੁਹਾਡੀ ਪਰਸੈਂਟੇਜ ਅੱਛੀ ਹੋਵੇ, 1 ਸਾਲ ਤੋਂ ਜ਼ਿਆਦਾ ਗੈਪ ਨਾ ਹੋਵੇ ਜਪਲੱਸ 2 ਹੋ। ਔਰ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੇ 5 ਸਾਲ ਤੋਂ ਜ਼ਿਆਦਾ ਗੈਪ ਨਾ ਹੋਵੇ। ਸੈਲਰੀ ਅਕਾਊਂਟ ਚ ਆਂਦੀ ਹੋਵੇ ਤੁਹਾਡੀ। ਜੌਬ ਕਰ ਰਹੇ ਹੋ ਤੁਸੀਂ। ਜਿਹੜਾ ਤੁਸੀਂ ਕੋਰਸ ਕਰ ਰਹੇ ਹੋ ਉਹ ਤੁਹਾਡੇ ਪਿਛਲੇ ਜਿਹੜਾ ਤੁਸੀਂ ਕੀਤਾ ਹੈ ਇਹ ਜੌਬ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਕੀ ਗ੍ਰੋਥ ਦੇ ਰਿਹਾ ਜੋ ਗ੍ਰੋਥ ਦੇ ਰਿਹਾ ਫਿਰ ਉਹ ਸੈਟੀਸਫਾਈ ਹੋ ਕੇ ਵੀਜ਼ਾ ਦਿੰਦੇ ਆ ਮੰਨ ਲਓ ਤੁਸੀਂ ਕੋ ਨਾ ਜਿਹੜੀ ਜੌਬ ਹੈ ਬਹੁਤ ਛੋਟੇ ਕਲੈਰੀਕਲ ਲੈਵਲ ਤੇ ਕਰ ਰਹੇ ਹੋ ਕੋਰਸ ਐਮਬੀਏ ਦਾ ਲੈ ਲਿਆ ਉਹਦੇ ਵਿੱਚ ਵੀ ਵੀਜ਼ਾ ਰਿਜੈਕਸ਼ਨ ਚਾਂਸਸ ਬਹੁਤ ਜ਼ਿਆਦਾ ਹੈ ਕਿਉਂਕਿ ਬਹੁਤ ਛੋਟੀ ਜੌਬ ਤੋਂ ਤੁਸੀਂ ਇੱਕਦਮ ਫਿਰ ਉਹ ਲੱਗਦਾ ਸ਼ਾਇਦ ਫੀਕ ਐਸਾ ਰ ਹੋ ਕੁ ਤੁਸੀਂ ਅਫੋਰਡ ਨਹੀਂ ਕਰ ਸਕਦੇ ਤੁਸੀਂ ਜ਼ਬਰਦਸਤੀ ਜਾ ਰਹੇ ਹੋ ਹੂੰ ਹੂੰ ਜੀ ਬਿਲਕੁਲ ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਸਾਰੇ ਸਟੂਡੈਂਟਸ ਨੇ ਜ਼ਰੂਰ ਰੱਖਣਾ ਹੈ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਅੱਗੇ ਵਧੋ ਤੇ ਆਪਣਾ ਵੀਜ਼ਾ ਹਾਸਲ ਕਰ ਸਕੋ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਹਰ ਵਰੀ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਸਮਝਾਉਂਦੇ ਹੋ ਤੇ ਸਟੂ عمل وی کر دے نے کیونکہ ਸਾਡੇ ਕੋਲ ਕਈ ਕਮੈਂਟਸ ਦੇ ਜ਼ਰੀਏ ਵੀ ਸਟੂਡੈਂਟਸ ਦੇ 뷰 ਸਾਨੂੰ ਮਿਲਦੇ ਨੇ ਤੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਸਾਰਿਆਂ ਨੂੰ